दूजे पासे टीमा सीचे वाल दी है चोटी दे खिडारियां दे नाल लैस दो टीमा जो खेडन आ रही है। पहली रेड पाउन दे लई लाओ या नानवन मुन्ना खेड दे मैदान च पहली कबड्डी पाउन दे लई वध चुके है। नेका सिंदर जी जूके चरना सिंदर जी कनेरा ते मोर सिंदर जी जूके सोनू सरपंच जी खानोवाल कहने भी 500 रुपया खान साढ़े वीर राणा देव बनवालीपुर साहब तुहाडे वास्ते ला जी मान सम्मान 500 रुपया मसीआं वाले अमन दे वास्ते ला जी अमन फड़ भी मैच के फिर तेरे वास्ते 500 रुपया नवाजी प्रिय बिट्टू दे वास्ते ते 500 रुपया सुखी बिणग भाणोकी वाले दे वास्ते 500 रुपया सोनू लखन के बड्डां दे वाले वास्ते ते 500 बूटे दे वास्ते ते 1000 साजन ब्यास दे वास्ते बहुत बहुत धन्यवाद इन्हां वीरां दा जिहड़े वीर विशेष तौर ते पुज्जे है। लै यादू कबड्डी पा रहे मेरे मित्रों खेड दे मैदान दे उत्ते मेरा तेज है आ तेज तेज हो के टकरो गबरो कि रहन सदा फुर्तीले गबरो लगे धरतना अड्डी जिन्ना चिर ने चंते ताले जिउंदी रहे कबड्डी जिउंदे रहन प्रवासी भारती जिन्हां ने सत्कार दित्ते है। ਲਓ ਜੱਸਾ ਕਹਿੰਦੇ ਖੇਡ ਮੈਦਾਨ ਦੇ ਵਿੱਚ ਤਾਸ਼ ਪਰਵਾ ਕਬੱਡੀ ਖੇਡ ਮੈਦਾਨ ਦੇ ਵਿੱਚ ਪਾਉਣ ਲਈ ਤਿਆਰ ਵਰ ਤਿਆਰ ਹੈ ਮੇਰੇ ਮਿੱਤਰੋ। ਉਧਰ ਕਹਾਲੇ ਵਾਲੇ ਕਹਿੰਦੇ ਚਾਰ ਜਾਫੀ ਆ ਮੇਰੇ ਮਿੱਤਰੋ ਪਰ ਚਾਰਾਂ ਦੇ ਵਿੱਚ ਹਾਂ ਗੱਬਰੂ ਨੇ ਕੀਤੀ ਹੋਈ ਟਰਾਈ ਮੇਰੇ ਮਿੱਤਰੋ ਪਰ ਕਹਿੰਦੇ ਜੱਸਾ ਤਾਸ਼ ਪਰਿਆ ਲੱਗਦਾ ਘੇਰਿਆ ਗਿਆ ਮੇਰੇ ਮਿੱਤਰੋ। ਆਹ ਇਹ ਆ ਇੰਦਰਜੀਤ ਸਿੰਘ ਇਹਨੂੰ ਪਿਆਰ ਨਾਲ ਮੰਗਤੂ ਕਹਿੰਦੇ ਆ ਬਲੇਰ ਖਾਨਪੁਰ ਪਿੰਡ ਆ ਪਰ ਪਿੰਡ ਪੱਧਰ ਪੱਕੇ ਤੌਰ ਤੇ ਮੁਕਾਬਲੇ ਕਹਿੰਦੇ ਕੋਹਾਲੇ ਦੀ ਟੀਮ ਦੇ ਵਾਸਤੇ ਖੇਡਦਾ ਹੈ। ਆ ਮੁਬਾਰਕਾ ਕਹਿੰਦੇ ਜੰਡ ਬਰਾ ਪਾਣੀ ਨਿਊਜ਼ੀਲੈਂਡ ਦੇ ਤੇ ਚਾਚਾ ਲੱਖਣ ਕੇ ਪੱਡਾਂ ਵਾਲਾ ਵੀ ਰਾਣਾ ਜੀ ਲਾਈਵ ਉਹਨਾਂ ਦਾ ਮਾਰ ਰਿਹਾ ਹੈ। ਆਹ ਕਹਿੰਦੇ ਮੁਬਾਰਕਾ ਭੇਜਦੇ ਆ ਭਰਾ ਸਾਡੇ ਸਾਹਮਣੇ ਕਬੱਡੀ ਪਾਉਣ ਦੇ ਵਾਸਤੇ ਗੱਬਰੇ ਫਿਰ ਜਾਦੂ ਹੈ ਕੋਹਾਲੇ ਵਾਲਾ ਭਾਈ ਜਾਦੂ ਤੇਰੀ ਖੇਡ ਵੀ ਵਧੀਆ ਹੈ ਕਿਰਪਾ ਹੋ ਜਾਣੀ ਪ੍ਰਮਾਤਮਾ ਦੀ ਪਰ ਗੁਰਵਿੰਦਰ ਕਹਿੰਦਾ ਹੱਟ ਬਿਸ਼ੇ ਮਿੱਤਰਾਂ ਦੀ ਮੁਸ਼ਕਲਾ ਸਵਾਲ ਹੈ ਲੈ ਵੀ ਸੁੱਖੀ ਬਣ ਗਏ ਫੜ ਸਰ ਤੇਰੇ ਵਾਸਤੇ ਨਿਕਾ ਸੰਦਰ ਜੀ ਹਣੇ ਮਾਨ ਭੇਜੇ ਆ ਬਹੁਤ ਬਹੁਤ ਧੰਨਵਾਦ ਹੈ। ਮਾਜੀ ਪ੍ਰਿਯ ਬਿੱਟੂ ਨੂੰ ਬੇਨਤੀ ਹੈ ਵੀ 1300 ਮੇਰੇ ਕੋਲ ਹੈ ਉਹ ਲੈ ਦੀ ਵੀਰਾ ਕੇ ਲੈ ਵੀ ਇਧਰ ਸੀਚੇ ਵਾਲੀ ਹੈ ਫਿਰ ਗੱਬਰੂ ਕਬੱਡੀ ਪਾਉਣ ਦੇ ਵਾਸਤੇ ਵਧਿਆ ਹੈ। ਇੰਦਰ ਜੀ ਤਿਆਰ ਹੈ ਨਾਲ ਕਹਿੰਦੇ ਸੱਤੂ ਹੈ ਦੋ ਕੰਨੀਆਂ ਤੇ ਚੋਟੀ ਦੇ ਖਿਡਾਰੀਆਂ ਦੇ ਚਨਾਨ ਹੈ ਕੋਹਾਲੇ ਦੀ ਟੀਮ ਦਾ ਔਰ ਕਹਿੰਦੇ ਵੱਡਾ ਨਾਮ ਇਹ ਆ ਕਹਿੰਦੇ ਜਾਦੂ ਦਾ ਵੀਰ ਵਾਪਸੀ ਕਰ ਰਿਹਾ ਗਰਾਊਂਡਾਂ ਦੇ ਉੱਤੇ ਇਹ ਆ ਨੌਜਵਾਨ ਕਹਿੰਦੇ ਸੱਤੂ ਖੇਡ ਮੈਦਾਨ ਦੇ ਉੱਤੇ ਖਡੂਰ ਸਾਹਿਬ ਵਾਲੇ ਦੇ ਚਰਚੇ ਹੈ ਤੇ ਸ਼ੇਰਪੁਰ ਦੋਨੇ ਵਾਲੇ ਦਾ ਵੀਜ਼ਾ ਵੀ ਲੱਗ ਗਿਆ ਨਿਊਜ਼ੀਲੈਂਡ ਦਾ। ਇਧਰ ਮੇਦਰ ਭਰਾ ਹੁਣ ਪੁੱਜੇ ਆ ਆਹ ਕਹਿੰਦੇ ਵੱਡੀ ਆ ਰਹੀ ਹੈ ਲੱਖੇ ਭਰਾ ਹੁਣਾਂ ਦੇ ਨਾਲ ਉਹ ਭਰਾ ਕਹਿੰਦੇ ਵੀ ਬੈਠਿਆ ਵਿਦੇਸ਼ਾਂ ਦੇ ਵਿੱਚ ਧਾਲੀਵਾਲ ਪਰਿਵਾਰ ਦਾ ਧੰਨਵਾਦ ਹੈ। ਇਧਰ ਕਬੱਡੀ ਪੈਰੀ ਗਦਰ ਦੀ ਇੱਕ ਸਨੀ ਦਿਓਲ ਦੀ ਗਦਰ ਹਲੇ ਬੜੀ ਮਸ਼ਹੂਰ ਹੋਈ ਸੀ ਆਓ ਇਹ ਗਦਰ ਹੈ ਨੌਜਵਾਨ ਖੇਡ ਦੇ ਮੈਦਾਨ 'ਚ ਪਾਉਂਦਾ ਹਰ ਰੇਡ ਤੇ ਗੁੱਲੂ ਸੀਚੇ ਵਾਲੀ ਨੇ ਜਫਾ ਲਾ ਦਿੱਤਾ ਹੈ। ਉਹਟੋ ਕੁਲਵੀਰ ਬਕੀ ਸਾਡਾ ਵੀਰ ਲੈ ਸਾਹਮਣੇ ਕਹਿੰਦੇ ਜੱਸਾ ਆ ਗਿਆ ਤਾਸ਼ਪੁਰ ਦੀ ਧਰਤੀ ਦਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਲਈ ਨਾਲ ਕਹਿੰਦੇ ਜਾਦੂ ਦਾ ਪਹਿਲੀ ਕੰਨੀ ਦੇ ਆਹ ਕਹਿੰਦੇ ਸਿੰਘ ਸਰਦਾਰ ਸੱਤੂ ਆ ਮੇਰੇ ਮਿੱਤਰੋ ਨਾਲ ਕਹਿੰਦੇ ਦੂਸਰੀ ਕੰਨੀ ਤੇ ਵਿੰਦਰਜੀਤ ਆ ਮੇਰੇ ਮਿੱਤਰੋ ਪਰ ਹੁਣ ਇੱਧਰ ਦੇ ਬੰਨੇ ਇੱਕ ਮਿੰਟ ਬਹੁਤ ਹੀ ਸਤਿਕਾਰਯੋਗ ਸਾਇੰਸ ਸਿਟੀ ਚੌਂਕੀ ਇੰਚਾਰਜ ਸਰਦਾਰ ਪਾਲ ਸਿੰਘ ਜੀ ਪੰਜਾਬ ਪੁਲਿਸ ਦੇ ਵੱਡੇ ਅਫਸਰ ਨੇ ਅਸੀਂ ਉਹਨਾਂ ਦੇ ਇੱਥੇ ਪੁੱਜਣ ਤੇ ਹਾਰਦਿਕ ਸਵਾਗਤ ਕਰਦੇ ਹਾਂ। ਸਮੁੱਚੀ ਖੇਡ ਕਲੱਬ ਵੱਲੋਂ ਸਰਦਾਰ ਪਾਲ ਸਿੰਘ ਜੀ ਉਚੇਚੇ ਤੌਰ ਤੇ ਪੁੱਜੇ ਆਪਣੀਆਂ ਸੇਵਾਵਾਂ ਲੈ ਕੇ ਬਾਬਾ ਤੜਾਗੀਆਂ ਵਾਲਾ ਜੀ ਮੇਹਰ ਕਰਨ ਸਭ ਤੇ ਇਹਦੇ ਕੁਝ ਸਨਮਾਨ ਜਿਹੜੇ ਕੀਤੇ ਜਾ ਰਹੇ ਆ ਜੀ ਆ ਵੀ ਜਾਂ ਮੈਚ ਸਮਾਪਤ ਹੋ ਲੈਂਦੇ ਜਦ ਵੀ ਮੈਚ ਵਧੀਆ ਖੇਡਿਆ ਜਾ ਰਿਹਾ ਮੈਚ ਹੋ ਲੈਂਦੇ ਉਸ ਤੋਂ ਬਾਅਦ ਗਰਾਊਂਡ 'ਚ ਭਾਵੇਂ ਸਨਮਾਨ ਕਰ ਦਿਓ ਮੈਚ ਕਰਾਉਂਦੇ ਇੱਕ ਵਾਰੀ ਮੈਨੂੰ ਬਿੱਤੀ ਦਾ ਹਰ 500 ਰੁਪਏ ਤੇਰੇ ਵਾਸਤੇ ਇਹ ਸੰਦਰ ਪ੍ਰਭਾਤ ਸਾਡੇ ਵੀਰਾਂ ਨੇ ਮਾਨ ਭੇਜਿਆ। ਲਓ ਖੇਡ ਦੇ ਮੈਦਾਨ ਦੇ ਵਿੱਚ ਕਬੱਡੀ ਗੱਬਰੂ ਨੇ ਪਾਈ ਹੈ ਮੇਰੇ ਮਿੱਤਰੋ ਪਰ ਇੱਧਰ ਦੇ ਬੰਨੇ ਹੁਣ ਦੇਖਦੇ ਕਹਾਲੇ ਵਾਲਾ ਕਿਹੜਾ ਗੱਬਰੂ ਕਹਿੰਦੇ ਕਰਦਾ ਟਰਾਈ ਮੇਰੇ ਮਿੱਤਰੋ ਪਰ ਨੰਬਰ ਇਸ ਵੇਲੇ ਜਿਹੜਾ ਜੁੜਿਆ ਹੈ ਮੇਰੇ ਵੀਰੋ ਉਹ ਕਹਿੰਦੇ ਸੀਚੇ ਵਾਲ ਦੀ ਟੀਮ ਦੇ ਸੇ ਜਾ ਜੁੜਿਆ ਇਹ ਆ ਕਹਾਲੇ ਵਾਲਾ ਯਾਦੂ ਮੇਰੇ ਮਿੱਤਰੋ ਆਹ ਕਹਿੰਦੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਲਈ ਵਧਿਆ ਹੈ ਮੇਰੇ ਮਿੱਤਰੋ ਆਹ ਕਹਿੰਦੇ ਜਾਦੂ ਕਹਾਲੇ ਵਾਲਾ ਵੱਧ ਕੇ ਕਬੱਡੀ ਪਾ ਰਿਹਾ ਹੈ ਭਾਈ ਹੁਰੇ ਨੂੰ ਕਾ ਠੱਲੂਗਾ ਕਿ ਵਿੱਚ ਗਹਿਰੇ ਝੱਲਾਂ ਦੇ ਕਦੇ ਸ਼ੇਰ ਨਹੀਂ ਰਹਿੰਦੇ ਗੁੱਜੇ ਕਾਹਨ ਠੱਲੂ ਤੂਫਾਨਾਂ ਨੂੰ ਆਹ ਸਾਗਰ ਵਿੱਚ ਨਹੀਂ ਪੈਂਦੇ ਕੁੱਜੇ ਸਾਗਰ ਵਿੱਚ ਨਹੀਂ ਪੈਂਦੇ ਕੁੱਜੇ ਗੇਲਾ ਦੀ ਫਤਿਹ ਜਲਾਲ ਹੁਣਾਂ ਦਾ ਬਹੁਤ ਬਹੁਤ ਧੰਨਵਾਦ ਹੈ। ਡਿਸਕੋ ਭਰਾ ਦਾ ਸੁਰਗੀ ਸਤਾਰ ਬਲਵੀਰ ਸਿੰਘ ਬਿੱਲੀ ਪਹਿਲਵਾਨ ਦੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ।
हाँ सोनू साडा वीर सुखी लखड़ के पड्डिया वाले का वीर है, लखड़ के पड्डिया तो सुखी का वीर है सोनू, वास्ते भी 500 रुपया है। चरना संदर जी कनेडा, मोर संदर जूके, नेका खानवाल जी जूके, सोनू सरपंच जी वालों पहुंच किया गया, बहुत बहुत धन्यवाद। तो शीरा नथू चाल भाजी उन्होंने वालों ये सत्कार है, मैं भी सोनू वीर लैके जाइए 500 रुपया अपना, बहुत बहुत धन्यवाद। शीरा नथू चाल टीम अगले मैं आई हाँ बी फतेह जलाल का कहते भी गेला वड्डी जिम्मेवारी है, कोट कराड़खा ते खैरा माझा कोट कराड़खा ते खैरा माझा ये टीम आ जान अगले मैच खेडन दे वास्ते। लाओ चोटी का मैच हो रहा खेल के मैदान आप कबड्डी भैरी है, यह है केंद्र नौजवान सामने केंद्र सीचे वाली है, आप बदला है रेड मेरे मित्रों भाई हो रेड आपने इंद्रजीत सिंह कोशिश करता जा रहा है, इंद्रजीत सिंह कोशिश करता जा रहा है, लैली बिजली नंगल वाले है रेड सामने जादू की भैरी है। हाँ कहते हाले वाला जादू है मेरे मित्रों खेल मैदान हाँ कबड्डी पाने वाले है मेरे मित्रों इधर चार ने हम चार कहड़ा गबरू ट्राई करूगा सीचे वाली धरती वाले मेरे मित्रों पर इधर बने कहते जादू के नाल टक्कर पर नंबर कहते हाले वाला जादू अपनी टीम शानदार नंबर का वाधा कर गया मेरे मित्रों अगलिया टीम उच्चा बेड़ से भाण लंघा कोट करार खाते खैरा माझा ये भी टीम जल्दी जल्दी खेल मैदान के पहुंच जाने खैरे माझे वाली टीम आ गई है कोट करार खां की टीम जिते वास करार खां दे प्लेयर ग्राउंड आओ कोट करार खां दे प्लेयर मैच दो रह गया जी होर पहले राउंड के दो मैच होर बाकी है आओ देवी कोट साहब पुजे हुए गिल बैरीकेड कुलार महर्षि भगवान वाल्मीकि संस्था वाले वीर कहते हैं भारू लंघे अड्डे से बड़ा ये टूरनामेंट करवाना है 4 दिसंबर रौनक लगानी है आओ क्योंकि जिथे भागा वाली खेड खेड होंगे उस वे धरती भाग लग जाते हैं भागा भरिया मावा के भागा भरे पुत जिते खेड के मैदान फब जाते हैं पेंदिया ने रेडा से लगते हैं जफे जो भागा वाला समा हों रंग बज जाते हैं भागा वाली टीम जो जितती है कापियर कबड्डी के प्रेमिया के लहू बद जाते हैं कबड्डी के प्रेमिया के लहू बद जाते हैं आओ कहते दुनिया के चोटी के स्टार अज बडाले की धरती से खेलने वास्ते पुजे हुए है 52,000 ते 41,000 का इनाम है बेस्ट ड्राफी नूं एलईडियां दित्तियां जाणियां है किहड़े भागां वाले प्लेयर होणगे जिहड़े अज वडाले एलईडियां जित के जांदे है उत्ते समां दसो ला कबड्डी जस्सा आ रहा खेड़ दे मैदान विच सारे एनआरई भरावां दा सारी प्रबंधकी कमेटी ते ग्राम पंचायत वडाला तंतल बाबा तड़ागिया वाला जी दे स्थान ते जिन्नी संगत पुजी हुई है सारिआं दा सत्कार है चलदे सीचेवाल की टीम चलते मैच के जेतू है जी सीचेवाल जित गया जी नोट करो सीचेवाल खैरा माझा तो उच्च